ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਹਾਂ ਤੁਹਾਡੀ ਆਪਣੀ ਹੋ ਸੁਮਨ ਸ਼ੇਖ ਅਤੇ ਤੁਸੀਂ ਦੇਦੇ ਪਏ ਪ੍ਰੋਗਰਾਮ ਸਾਰੇ ਰੰਗ ਪੰਜਾਬ ਦੇ ਅਤੇ ਅੱਜ ਸਾਡੇ ਸ਼ੋਅ 'ਚ ਮੌਜੂਦ ਹਨ ਸਾਡੇ ਨਾਲ ਆਫਤਾਬ ਇਕਬਾਲ ਸਾਹਿਬ ਅਤੇ ਉਹ ਤੋਂ ਇਲਾਵਾ ਸਾਡੇ ਨਾਲ ਇੱਕ ਬਹੁ ਪਿਆਰੇ ਆਰਟਿਸਟ ਸਾਡੇ ਨਾਲ ਮੌਜੂਦ ਹਨ ਜਿਹੜੇ ਛੰਗ ਤੋਂ ਆਏ ਹਨ ਅਤੇ ਮੈਂ ਗਾਣਾ ਡਿਸੇ ਸਾਂ ਸਮਝ ਤੁਸਾਂ ਵੇਸੋ ਦਿਲ ਕਿੱਥੇ ਖੜਾ ਆਈ ਜੀ ਹਾਂ ਸਾਡੇ ਨਾਲ ਮੌਜੂਦ ਹਨ ਜ਼ਹੂਰ ਅਹਿਮਦ ਲੋਹਾਰ ਸਾਹਿਬ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਤੇ ਸਾਡੇ ਨਾਲ ਸਾਰੇ ਸਾਡੇ ਫਨਕਾਰ ਸਾਡੀ ਟੀਮ ਹੀ ਮੌਜੂਦ ਹੈ ਕੀ ਹੋ ਗਿਆ ਤੁਹਾਨੂੰ ਸ਼ੇਖ ਸਾਹਿਬਾ ਸੁਭਾਨ ਅੱਲਾ ਬਾਬਾ ਤੁਸੀਂ ਤਾਂ ਬੁੱਢ ਕੇ ਮਰ ਜਾ ਤੁਹਾਡਾ ਜੋ ਤਾਰਫ ਹੀ ਉਸ ਕੋਈ ਨਹੀਂ ਕਰਦਾ ਹਾਏ ਬੁੱਢ ਕੇ ਮਰ ਜਾ ਬਸ ਇੱਕ ਇੱਕ ਦਾ ਤਾਰਫ ਅਖੀਰ ਤੇਰਾ ਵੀ ਕਰਾਣਾ ਪਊਸੀ ਹੁਣ ਚੰਗਾ ਰਿਹਾ ਮਰੇ ਜ਼ਹੂਰ ਭਾਈ ਕੀ ਕਹਨੇ ਵੱਡੇ ਲੋਕ ਵੱਡੇ ਸਿੰਗਰ ਅੱਜ ਤੁਹਾਡੇ ਕੋਲ ਬਹੁਤ ਬੜਾ ਫਨਕਾਰ ਮੌਜੂਦ ਹੈ ਮਾਸ਼ਾ ਅੱਲਾ ਇਹਨਾਂ ਦਾ ਇੱਕ ਗਾਣਾ ਵਤਨਾ ਤੇ ਵੱਲੋ ਹਾ ਉਹ ਨਾ ਸਿਰ ਮੇਰਾ ਬਲਕਿ ਮੇਰੇ ਪੂਰੇ ਹਾਊਸ ਹੋਲਡ ਦਾ ਬਿਲਕੁਲ ਇੰਤਹਾਈ ਫੇਵਰਿਟ ਗਾਣਾ ਮੈਨੂੰ ਬਹੁਤ ਹੀ ਪਸੰਦ ਹੈ ਔਰ ਮੈਨੂੰ ਨਹੀਂ ਸੀ ਪਤਾ ਕਿ ਉਹ ਇਹਨਾਂ ਨੇ ਗਾਇਆ ਹੈ ਸਹੀ ਤੁਸੀਂ ਅਕਸਰ ਆਪਣੇ ਵੱਡੇ ਪ੍ਰੋਗਰਾਮ 'ਚ ਜ਼ਿਕਰ ਵੀ ਕਰਦੇ ਰਹੇ ਹੋ ਜੀ 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 ਮੈਂ ਤੁਹਾਨੂੰ ਖੁਦ ਵੀ ਖੁਸ਼ਾਮਦੀਦ ਕਹਿਣਾ ਜਨਾਬ ਜ਼ਰੂਰ ਸਾਹਿਬ ਮਿਹਰਬਾਨੀ ਤੇ ਤੁਸੀਂ ਬੜੇ ਬਾਕਮਾਲ ਸਿੰਗਰ ਹੋ ਜ਼ਰਾ ਸਭ ਤੋਂ ਪਹਿਲੇ ਦੱਸੋ ਕਿ ਆਪਣੇ ਸਫ਼ਰ ਦਾ ਆਗਾਜ਼ ਤੁਸੀਂ ਕਿੱਥੋਂ ਕੀਤਾ ਕਿਵੇਂ ਟੁਰੇ ਹੋ ਤੁਸੀਂ ਬਿਸਮਿਲ੍ਲਾ ਰਹਿਮਾਨ ਰਹੀਮ ਸਭ ਤੋਂ ਪਹਿਲੇ ਤਾਂ ਮੈਂ ਅਰਜ਼ ਕਰਨਾ ਕਿ ਅੱਲਾਹ ਤਾਲਾ ਦੀ ਅਤਾ ਹੈ ਵਾਹ ਬੰਦਾ ਕੋਈ ਆਖੇ ਨਾ ਕਿ ਮੈਂ ਐਂ ਕਰ ਲੈਣਾ ਐਂ ਕਰ ਲੈਣਾ ਨਹੀਂ ਇਹ ਸੋਹਣੇ ਮਾਲਕ ਦੀ ਅਤਾ ਹੁੰਦੀ ਬਾਕੀ ਜ਼ਿੰਦਗੀ ਦੇ ਸਫ਼ਰ ਮੁਸ਼ਕਲ ਪੈਂਦੇ ਬਹੁਤ ਮੁਸ਼ਕਲ ਪੈਂਦੇ ਆਏ ਓ ਯੈਸ ਲੇਕਿਨ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਮੈਂ ਹਿੰਮਤ ਨਹੀਂ ਹਾਰਿਆ ਔਰ ਮੈਂ ਸਬਰ ਦਾ ਦਾਮਨ ਨਹੀਂ ਛੱਡਿਆ ਅੱਜ ਮੈਨੂੰ ਅੱਲਾਹ ਤਾਲਾ ਨੇ ਮੰਜ਼ਿਲ ਅਤਾ ਕਰ ਦਿੱਤੀ ਵਾਹ ਮਾਸ਼ਾ ਅੱਲਾਹ ਇਹ ਦੱਸੋ ਕਿ ਜੰਪਲ ਤੁਸੀਂ ਜੰਗ ਦੇ ਹੋ ਡਿਸਟ੍ਰਿਕਟ ਜੰਗ ਜੀ ਜੀ ਗਾਓ ਦੇ ਵਿੱਚ ਉਹਦਾ ਨਾਂ ਹੈ ਆਬਾਦੀ ਅੰਬੀਰੇ ਵਾਲੀ ਅੱਛਾ ਜੀ ਗੁਆਸਾਂ ਦੇ ਚੱਕ ਦੇ ਨਾਲ ਹੀ ਸ਼ਹਿਰ ਦੇ ਕਰੀਬ ਤਕਰੀਬਨ 15-16 ਕਿਲੋਮੀਟਰ ਦੇ ਫਾਸਲੇ ਔਰ 65 ਦੇ ਵਿੱਚ ਅਸਾਂ ਜੰਗ ਸ਼ਹਿਰ ਰਸ਼ੀਦ ਚੌਕ ਬਸਤੀ ਦੀਵਾਨ ਵਾਲੀ ਉੱਥੇ ਰਿਹਾਇਸ਼ ਰੱਖੀ ਹੈ ਅੱਛਾ ਔਰ ਇਹ ਗੁਣਗੁਣਾਉਣ ਤਾਂ ਥੜੀ ਹੋਈ ਮੇਰੇ ਅੰਦਰ ਮਾਲਕ ਨੇ ਭੇਜ ਦਿੱਤਾ ਲੇਕਿਨ 1975-76 'ਚ ਮੈਂ ਰਿਆਜ਼ ਸ਼ੁਰੂ ਕੀਤਾ ਅੱਛਾ ਵਾਹ ਵਾਹ ਤੁਸੀਂ ਕਿਸੇ ਨੂੰ ਉਸਤਾਦ ਫੜਿਆ ਜੇ ਜਨਾਬ ਮੇਰੇ ਉਸਤਾਦ ਦੇ ਮੋਹਤਰਮ ਖਾਸ ਸਾਹਿਬ ਤਾਲਿਬ ਹੁਸੈਨ ਦਰਦ ਮਾਸ਼ਾਅੱਲਾ ਮਾਸ਼ਾਅੱਲਾ ਉਹ ਜੰਗ ਦਾ ਇੱਕ ਬੜਾ ਵੱਡਾ ਨਾਮ ਹੈ ਜੀ ਉਹਨਾਂ ਦੇ ਕੋਲ ਬਕਾਇਦਾ ਮੈਂ ਰਿਆਜ਼ ਕੀਤਾ ਇੱਕ ਤੇ ਸਭ ਤੋਂ ਪਹਿਲੇ ਕਿਹੜਾ ਗਾਣਾ ਸੀ ਜਾਂ ਕਿਹੜਾ ਕੋਈ ਐਸਾ ਇਵੈਂਟ ਸੀ ਜਿਹੜਾ ਤੁਸੀਂ ਸਮਝਦੇ ਹੋ ਕਿ ਮੇਰੇ ਲਈ ਬ੍ਰੇਕ ਥਰੂ ਸੀ ਇੱਥੋਂ ਮੈਨੂੰ ਪਤਾ ਲੱਗਿਆ ਕਿ ਨਹੀਂ ਮੈਂ ਬਹੁਤ ਉੱਤੇ ਤੱਕ ਜਾਣਾ ਵੇਖੋ ਜੀ ਇਹ ਰਿਕਾਰਡਿੰਗ ਕਰਨ ਵਾਲੇ ਸ਼ਾਇਰ ਵੀਡੀਓ ਬਣਾਉਣ ਵਾਲੇ ਇਹ ਕਿਸੇ ਨੂੰ ਕੋਈ ਪਤਾ ਨਾ ਕਿ ਕਿਹੜੀ ਚੀਜ਼ ਹਿੱਟ ਹੋ ਜਾਣੀ ਇਹ ਮੈਨੂੰ ਹੀ ਇਲਮ ਨਾ ਮੇਰੇ ਅੱਲਾ ਨੂੰ ਪਤਾ ਜਿਹੜੀ ਚੀਜ਼ ਉਹਨੇ ਹਿੱਟ ਕਰ ਦਿੱਤੀ ਮਾਲਕ ਨੇ ਮੇਰੇ ਝੋਲੇ 'ਚ ਰਹਿਮਤ ਪਾ ਦਿੱਤੀ ਵਾਹ ਵਾਹ ਤੇ ਪਹਿਲਾ ਬ੍ਰੇਕ ਥਰੂ ਕਿਹੜਾ ਸੀ ਕਿਹੜਾ ਗਾਣਾ ਜਿਹੜਾ ਸੁਪਰ ਡੁਪਰ ਹਿੱਟ ਹੋਇਆ ਉਸ ਤਰ੍ਹਾਂ ਤਾਂ ਇਹ ਮੈਂ ਦਿਲ ਕਿੱਥੇ ਖੜਾ ਹੈ ਹਾਂ ਹਾਂ 2004 ਦੇ ਵਿੱਚ ਮੈਨੂੰ ਮਿਲਿਆ ਇੱਕ ਸਟੇਜ 'ਤੇ ਅੱਛਾ ਮੇਰੇ ਮੋਹਤਰਮ ਜਨਾਬ ਮਾਰ ਗੁਲਾਮ ਮੁਹੰਮਦ ਦਰਦ ਮਰਹੂਮ ਸਾਹਿਬ ਉਹ ਵੀ ਉਸ ਸ਼ਾਦੀ 'ਤੇ ਆਏ ਹਨ ਮੇਰੇ ਇੱਕ ਦੋਸਤ ਆਈ ਉਮਰ ਦਰਾਜ ਖਈਆ ਸਾਹਿਬ ਉਹ ਮੈਨੂੰ ਲੈ ਕੇ ਆਪਣੇ ਦੋਸਤ ਦੀ ਸ਼ਾਦੀ 'ਤੇ ਆਇਆ ਫੌਜੀ ਇੱਕ ਆਈ ਉਹਦੀ ਸ਼ਾਦੀ ਆਈ ਮੈਂ ਆਪਣੇ ਉਸਤਾਦ ਦਾ ਗਾਣਾ ਗਾ ਰਿਹਾ ਹਮ ਵਕਤ ਦਾ ਸ਼ਾਹ ਤੇਰੀ ਸੰਗਤ ਤੋਂ ਪਹਿਲੇ ਜਦੋਂ ਮੈਂ ਗਾਣਾ ਦਾ ਐਂਡ ਕੀਤਾ ਤਾਂ ਮਾਰ ਸਾਹਿਬ ਹੋਰਾਂ ਪੇਪਰ ਮੇਰੇ ਅੱਗੇ ਰੱਖ ਦਿੱਤਾ ਉਹਨਾਂ ਕਿਹਾ ਜ਼ਹੂਰ ਸਾਹਿਬ ਜਨਾਬ ਇਹਦੀ ਹੁਣੇ ਤਰਜ਼ ਬਣਾਓ ਅਤੇ ਹੁਣੇ ਹੀ ਗਾਓ ਅੱਛਾ ਫਿਰ ਮੈਂ ਗਾਣੇ ਨੂੰ ਵੇਖਿਆ ਮੈਂ ਹੱਸ ਪਿਆ ਮੈਂ ਕਿਹਾ ਠੀਕ ਹੈ ਜਨਾਬ ਕੋਸ਼ਿਸ਼ ਕਰਨੇ ਆ ਉੱਥਾਂ ਹੀ ਮੇਰੀ ਤਰਜ਼ ਬਣਾਈ ਆਈ ਉੱਥੇ ਪਹਿਲੀ ਸੱਟੇ 2004 ਦੇ ਵਿੱਚ ਮੈਂ ਫਿਰ 2005 ਦੇ ਵਿੱਚ ਨਿਆਜ਼ ਪ੍ਰੋਡਕਸ਼ਨ ਮੇਰੇ ਆਪਣੇ ਜੰਗ ਦੇ ਵਿੱਚ ਜਿਹਨਾਂ ਦਾ ਇਦਾਰਾ ਆਈ ਉਹਨਾਂ ਕੋਲ ਰਿਕਾਰਡ ਕੀਤਾ ਫਿਰ ਮੈਂ ਤਕਰੀਬਨ ਹਰ ਸਟੇਜ 'ਤੇ ਨੂੰ ਗਾਇਆ ਮੇਰਾ ਬੇਟਾ ਮੁਹੰਮਦ ਮਨਜ਼ੂਰ ਜੋ ਮੇਰਾ ਸਾਰਾ ਸਿਸਟਮ ਸੰਭਾਲੀ ਖਲੋਤਾ ਹੈ ਇਹ ਮੈਨੂੰ 3 ਸਾਲ ਤੋਂ ਆਖਣ ਲੱਗਾ ਅਬੂ ਜੀ ਇਹ ਗਾਣਾ ਅਸੀਂ ਅੱਜ ਦੇ ਮਿਊਜ਼ਿਕ ਕਰੀਏ ਮੈਂ ਕਿਹਾ ਅੱਛਾ ਕਰਸਾਂ ਬਸ ਉਹ ਇਹ ਹੁਣ ਅੱਲਾਹ ਤਾਲਾ ਨੂੰ ਪਤਾ ਹੈ ਮੈਨੂੰ ਨਹੀਂ ਪਤਾ ਕਿਹੜੇ ਬੰਦੇ ਦੀ ਮਕਬੂਲੀਅਤ ਦੇ ਨਾਲ ਮੈਨੂੰ ਮਾਲਕ ਨੇ ਇਹ ਲਾਈਨ ਅਤਾ ਕਰ ਦਿੱਤੀ ਔਰ ਨਾ ਮਕਾਮ ਬਖਸ਼ਿਆ ਉਹ ਗਾਣਾ ਸਾ ਰਿਕਾਰਡ ਕੀਤਾ ਅੱਜ ਉਹ ਗਾਣਾ ਪੂਰੀ ਦੁਨੀਆ ਦੇ ਧੁੰਮ ਮਚਾਈ ਯਾਨੀ ਪਹਿਲਾ ਸੁਪਰ ਡੁਪਰ ਹਿੱਟ ਜਿਹੜਾ ਗਾਣਾ ਹੈ ਉਹ ਦਿਲ ਕਿੱਥੇ ਖੜਾ ਹੈ ਬੋਲਿਆ ਇਹੋ ਦਿਲ ਕਿੱਥੇ ਖੜਾ ਹੈ ਪਹਿਚਾਨ ਬਣਿਆ ਜੀ ਗਾਣਾ ਲੇਕਿਨ ਉਹਨਾਂ ਆਖੇ ਨਾ ਕਿ ਪਹਿਲੇ ਥਿਆ ਹੈ ਵਲ ਜਿਹੜੇ ਵੇਲੇ ਉਹਨਾਂ ਨੇ ਰੀਮਿਕਸ ਕੀਤੇ ਉਹ ਜ਼ਿਆਦਾ ਪਾਪੂਲਰ ਵਾਲ ਔਰ ਇਹ ਕਿੱਡਾ ਸਹੀ مشورہ ਦਿੱਤਾ ਇਹਨਾਂ ਦੇ ਚੋਰ ਨੇ ਜੀ ਕਿ ਇਹਨੂੰ ਮਾਡਰਨਾਈਜ਼ ਕਰ ਦਿਓ ਬਿਲਕੁਲ ਮੈਨੂੰ ਵਾਕਿਆ ਯਾਦ ਆਉਂਦਾ ਪਿਆ ਮੈਂ ਕਈ ਵਾਰੀ ਸੁਣਾਇਆ ਹੋਇਆ ਆਪਣੇ ਵੱਡੇ ਸ਼ੋਅ 'ਚ ਕਿ ਇੱਕ ਬੰਦਾ ਸੜਕ 'ਤੇ ਬੜਾ ਆਲਾ ਡਰਿੰਕ ਪਿਆ ਵੇਚੇ
ਅਮਰੀਕਾ ਦੀ ਗੱਲ ਹੈ ਜੀ ਉਸ ਵੱਡੀ ਸਾਰੀ ਜਿਵੇਂ ਇੱਕ ਉਹ ਚਾਟੀ ਨੁਮਾ ਇੱਕ ਮਟਕਾ ਜੀ ਮਟਕਾ ਤੇ ਕੂਲਰ ਟਾਈਪ ਸ਼ਾਇਦ ਦੇ ਵਿੱਚ ਪਾ ਪਾ ਕੇ ਨਾ ਗਲਾਸਾਂ 'ਚ ਉਹ ਵੇਚਦਾ ਉਸ ਇੱਕ ਪੀਤਾ ਤੇ ਥੱਕਿਆ ਹੋਇਆ ਤੇ ਬੜਾ ਰਿਫਰੈਸ਼ ਹੋ ਗਿਆ ਕਹਿੰਦਾ ਯਾਰ ਮੈਨੂੰ ਇੱਕ ਹੋਰ ਦੇ ਉਸ ਦੋ ਪੀਤੇ ਤੇ ਆ ਕੇ ਇਹਦੇ ਨੇੜੇ ਆ ਖਲੋ ਗਿਆ ਤੇ ਆਪ ਗਾਹਕਾਂ ਸ਼ਾਕਾਂ ਨੂੰ ਭੁਗਤਾਨ ਦਾ ਰਿਹਾ ਉਸ ਆਖਿਆ ਮੈਂ ਤੈਨੂੰ ਇੱਕ ਮਸ਼ਵਰਾ ਦਿੰਦਾ ਤੂੰ ਇਹਦੇ ਨਾਲ ਮਿਲੀਅਨਸ ਆਫ ਡਾਲਰਸ ਕਮਾਏਗਾ ਉਸ ਦੌਰ 'ਚ 1 ਮਿਲੀਅਨ ਮੁਲਕਾਂ ਦਾ ਜੀ ਡੀ ਪੀ ਹੁੰਦਾ ਸੀ ਵਾਹ ਪੁਰਾਣੀ ਗੱਲ ਜੀ ਤੇ ਉਹਨੇ ਕਿਹਾ ਦੇ ਮਸ਼ਵਰਾ ਉਹਨੇ ਕਿਹਾ ਬਹੁਤ ਮੁਖਤਸਰ ਦੋ ਲਫ਼ਜ਼ੀ ਬੋਟਲ ਇਟ ਇਹਨੂੰ ਬੋਤਲ 'ਚ ਪਾ ਪਾਗਲ ਦੇ ਪੁੱਤਰਾ ਤੂੰ ਕੀ ਇਹ ਸੜਕ ਦੇ ਉੱਤੇ ਵੇਚਦਾ ਫਿਰਨਾ ਗਲਾਸਾਂ ਹੀ ਧਰ ਕੇ ਉਸ ਕਿਹਾ ਅੱਛਾ ਮੈਂ ਇਹਦੇ 'ਤੇ ਗੌਰ ਕਰਨਾ ਉਹ ਜਨਾਬ 6 ਮਹੀਨੇ ਬਾਅਦ ਉਹਨੇ ਇਹਦੀ ਬੋਟਲਿੰਗ ਸ਼ੁਰੂ ਕਰ ਦਿੱਤੀ ਅੱਜ ਲੋਕੀ ਉਹਨੂੰ ਕੋਕਾ ਕੋਲਾ ਦੇ ਨਾਂ ਤੇ ਯਾਦ ਕਰਦੇ ਆ ਇਹ ਹੁੰਦਾ ਕੰਮ ਦਾ ਮਸ਼ਵਰਾ ਔਰ ਬਿਜ਼ਨਸ ਦੀਆਂ ਕਿਤਾਬਾਂ 'ਚ ਇਸ ਚੈਪਟਰ ਨੂੰ ਆਉਂਦੇ ਨੇ ਮਿਲੀਅਨ ਡਾਲਰ ਐਡਵਾਈਸ ਤੇ ਇਹਨਾਂ ਦੇ ਬੇਟੇ ਨੇ ਇਹਨਾਂ ਨੂੰ 1 ਮਿਲੀਅਨ ਡਾਲਰ ਐਡਵਾਈਸ ਦਿੱਤਾ ਕਿ ਜਨਾਬ ਅਸੀਂ ਇਹਨੂੰ ਮਾਡਰਨਾਈਜ਼ ਕਿਉਂ ਨਾ ਕਰੀਏ ਬੜੀ ਗੱਲ ਹੈਗੀ ਤੇ ਉਹ ਪੜ੍ਹਿਆ ਲਿਖਿਆ ਨੌਜਵਾਨ ਤੁਹਾਡਾ ਬੇਟਾ ਤਦ ਹੀ ਉਹਨੇ ਫਿਰ ਤੁਹਾਨੂੰ ਨਾ ਸਹੀ ਮਸ਼ਵਰਾ ਅੱਛਾ ਜੀ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਬੇਸ਼ੁਮਾਰ ਵਾਕਿਆਤ ਹੋਣਗੇ ਬੇਸ਼ੁਮਾਰ ਚੀਜ਼ਾਂ ਹੋਣਗੀਆਂ ਇਹਨਾਂ ਨੇ ਗਾਇਆ ਬਹੁਤ ਕੁਛ ਹੋਇਆ ਮੇਰੀ ਆਪਣੀ ਗੁਜ਼ਾਰਿਸ਼ ਹੋਏਗੀ ਅੱਗੋਂ ਇਹਨਾਂ ਦੀ ਮਰਜ਼ੀ ਕਿ ਆਪਣੇ ਵੀ ਗਾਣੇ ਸੁਣਾਉਣ ਸਾਨੂੰ ਔਰ ਆਪਣੇ ਉਸਤਾਦ ਦਾ ਵੀ ਕੋਈ ਇੱਕ ਅੱਧਾ ਸਾਨੂੰ ਜ਼ਰੂਰ ਸੁਣਾਏ ਕਿਉਂ ਨਹੀਂ ਕੀ ਕਹਿੰਦੇ ਜ਼ਹੂਰ ਸਾਹਿਬ ਦਾ ਬੇਟਾ ਸਾਡੇ ਕੋਲ ਆਉਂਦਾ ਹੈ ਅਸੀਂ ਉਹਨੂੰ ਮਸ਼ਵਰੇ ਦਿੱਤੇ ਕਿ ਆਪਣੇ ਪਾਪਾ ਕੋ ਇਹ ਬੋਲੋ ਹਰ ਕਾਮਯਾਬ ਬੰਦੇ ਤੇ ਆਪਦਾ ਮੋਹ ਠੋਕ ਦਿੰਦੇ ਨੇ ਓਏ ਅਸੀਂ ਦੁਆਵਾਂ ਕੀਤੀਆਂ ਜ਼ਹੂਰ ਭਾਈ ਵਾਸਤੇ ਕੂੜੇ ਜੇ ਕਿਸੇ ਪਾਸੇ ਅੱਲਾ ਨੇ ਕਰਾਮ ਕੀਤਾ ਹੈ ਚਲੋ ਹੁਣੇ ਪਤਾ ਲੱਗ ਕੀ ਇਹਨਾਂ ਛੋਰ ਦਾ ਕੀ ਨਾਮ ਹੈ ਦੱਸ ਇਹਨਾਂ ਜ਼ਿਸ਼ਾਨ ਜ਼ਹੂਰ ਲੈ ਆ ਕੂੜਿਆ ਆ ਕੂੜਿਆ ਪਤਾ ਲੱਗ ਗਿਆ ਰੋਕੜੀ ਦੇ ਜ਼ਿਸ਼ਾਨ ਰੋਕੜੀ ਆ ਉਹ ਸੱਚ ਰੋਕੜੀ ਸਾਹਿਬ ਦਾ ਬੇਟਾ ਜੇਨ ਚ ਆ ਗਿਆ ਠਹਿਰ ਜਾ ਇਸ ਤੋਂ ਸਾਬਤ ਹੁੰਦਾ ਤੂੰ ਕਿੱਡੀ ਵੱਡੀ ਖੱਚ ਮਰੇ ਮੇਰੇ ਕੋ ਪੁੱਛ ਲੈ ਮੈਂ ਵੀ ਤੇਰੇ ਨਾਲ ਹੀ ਬੈਠਾ ਬਾਬਾ ਜੀ ਦੱਸੋ ਕੀ ਨਾ ਭਲਾ ਮੈਂ ਤੇ ਜੇਨ ਚ ਨਿਕਲ ਗਿਆ ਮਨਜ਼ੂਰ ਹਾਂ ਜੋ ਅੱਲਾ ਨੂੰ ਮਨਜ਼ੂਰ ਆ ਗਏ ਤੁਹਾਨੂੰ ਪਤਾ ਚੰਗ ਬਰਕਤਾਂ ਵਾਲਾ ਸ਼ਹਿਰ ਹੈ ਚੰਗ ਅਸੀਂ ਵੀ ਅਯੂਬ ਚੌਂਕ ਕੋ 2.5 ਸਾਲ ਮੰਗੇ ਆ ਭਾਜੀ ਉਥੋਂ ਹਾਂਜੀ ਅਯੂਬ ਸਾਡਾ ਆਪਣਾ ਆਸਣ ਹੁੰਦਾ ਸੀ ਅਯੂਬ ਚੌਂਕ ਅੱਗੇ ਫਾਟਕ ਨਹੀਂ ਫਾਟਕ ਤੋਂ ਥੱਲੇ ਲੈਂਦਾ ਇੱਕ ਬਾਜ਼ਾਰ ਤਸਵੀਰ ਗੀਆਂ ਲਾ ਅੱਛਾ ਇੰਜੀਨੀਅਰ ਨਾ ਬਣ ਉਹਨਾਂ ਨੂੰ ਪਤਾ ਹੈਗਾ ਸਹੀ ਪਹਿਲੀ ਗੱਲ ਤੇ ਕਿ ਅਯੂਬ ਚੌਕ ਨਹੀਂ ਹੁੰਦਾ ਅਯੂਬ ਉਹਦੀ ਅਲਫ ਗਾਇਬ ਕੀਤੀ ਅਲਫ ਉਡਾ ਦਿੰਦਾ ਨਾ ਇੱਕ ਤੇ ਯਾਰ ਸਾਨੂੰ ਰੋਕਣ ਟੋਕਣ ਵਾਲੇ ਜਿਹੜੇ ਨੇ ਨਾ ਚੱਟ ਹੋਈਆਂ ਦੁਨੀਆ ਤੋਂ ਹਿਸਾਬ ਲਾ ਲਿਆ ਬਾਖਰਲ ਜ਼ੋਰ ਭਾਈ ਤੁਹਾਡੀ ਆਵਾਜ਼ ਦਾ ਜਵਾਬ ਨਹੀਂ ਵਾਹ ਔਰ ਤੁਹਾਡੇ ਮਿਜ਼ਾਜ ਦਾ ਜਵਾਬ ਨਹੀਂ ਅੱਛਾ ਜੀ ਫਿਰ ਉਸ ਤੋਂ ਬਾਅਦ ਤੁਹਾਡਾ ਸੋਰਸ ਆਫ ਇਨਕਮ ਇਹ ਹੀ ਬਣ ਗਿਆ ਇਹ ਗਾਣੇ ਤੁਸੀਂ ਜਿੱਥੇ ਜਾਂਦੇ ਸੋ ਤੁਹਾਨੂੰ ਫਰਮਾਇਸ਼ ਕੀਤੀ ਜਾਂਦੀ ਸੀ ਜੀ ਇਹ ਸੁਣਾਓ ਜੀ ਬਿਲਕੁਲ ਔਰ ਇੱਕਦਮ ਤੁਸੀਂ ਵੇਖਿਆ ਹੋਣਾ ਕਿ ਬੂਸਟ ਆ ਗਿਆ ਇੱਕਦਮ ਤੁਸੀਂ ਕਿੱਥੋਂ ਦੇ ਕਿੱਥੇ ਪਹੁੰਚ ਗਏ ਫਿਰ ਆਪਣੀ ਡਿਮਾਂਡ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੋਣੀ ਮੇਰਾ ਰੰਗ ਹੈ ਫਕੀਰਾਨਾ ਠੀਕ ਦਰਵੇਸ਼ਾਨਾ ਰੰਗ ਅਗਰ ਮੇਰੇ ਕੋਲ ਕੋਈ ਚੱਲ ਕੇ ਆ ਗਿਆ ਭਾਈ ਮੇਰੇ ਕੋਲ ਕੋਈ ਚੀਜ਼ ਨਹੀਂ ਮੇਰਾ ਫੰਕਸ਼ਨ ਤੁਸੀਂ ਕਰਨਾ ਹੁਣ ਮੈਂ ਨਾ ਬਈ ਮੈਂ ਖਾਣਾ ਘਰੋਂ ਖਾ ਲੈ ਸਜਾ ਮੈਂ ਆ ਜਾ ਮੁਲਕੋਂ ਬਾਹਰ ਵੀ ਜਾਂਦੇ ਹੋ ਕਦੇ ਜੀ ਦੁਬਈ ਸ਼ੋ ਕਰ ਰਹੇ ਉਹਨਾਂ ਨੇ ਤਾਂ ਨਹੀਂ ਆਖਿਆ ਸੱਜੇ ਨੇ ਵੀ ਮੈਂ ਰੋਟੀ ਵੀ ਕਰੋ ਖਾ ਉਹਨਾਂ ਮੇਰੀ ਕਸਰ ਹੀ ਨਹੀਂ ਛੱਡੀ ਉਹਨਾਂ ਲੋਕਾਂ ਮੇਰੀ ਖਿਦਮਤ ਵੱਲੋਂ ਕੋਈ ਕਸਰ ਛੱਡੀ ਨਹੀਂ ਬਹੁਤ ਪਿਆਰ ਕੀਤਾ ਕਿਹੜੀ ਥਾਂ ਦੇ ਉੱਤੇ ਸ਼ੋ ਆਣ ਦੁਬਈ ਸ਼ਾਰਜਾ ਸ਼ਾਰਜਾ 'ਚ ਕੀਤੇ ਹਨ ਆਪਣੀ ਕਮਿਊਨਿਟੀ ਮੁੜ ਚੰਗੇ ਮੁਲਕ ਸੁਣਨ ਵਾਲਾ ਸਾਰਿਆਂ ਸੁਣਿਆ ਹੈ ਕੋਈ ਇਹਨਾਂ ਤੇ ਅੰਗਰੇਜ਼ ਬੜਾ ਸੁਣਦੇ ਕਿਸੇ ਨਾ ਵੀ ਕੋਈ ਕੱਖ ਸਮਝ ਨਾ ਜਿਹੜੇ ਰੋਡ ਤੇ ਜਾਵਾਂ ਅੰਗਰੇਜ਼ ਹੀ ਵੇਖ ਲੈਣ ਤੋਂ ਨਾਲ ਸੈਲਫੀ ਸ਼ੁਰੂ ਹੋ ਜਾਣਾ ਵਾਹ ਵਾਹ ਕੀ ਗੱਲ ਹੈ ਕਿਆ ਕਹਿੰਦੇ ਭਾਜੀ ਤੁਸੀਂ ਵੱਡੇ ਲੋਕ ਹੋ ਜ਼ਹੂਰ ਭਾਈ ਅਸੀਂ ਵੀ ਗਏ ਸੀ ਬਾਹਰ ਸਾਨੂੰ ਅੰਗਰੇਜ਼ਾਂ ਨੇ ਸੈਲਫੀਆਂ ਨਹੀਂ ਲਈਆਂ ਹੋਰ ਕੀ ਲੈ ਸਾਨੂੰ ਉਹਨੇ ਛਿਬੀਆਂ ਲਈਆਂ ਜਾਈ ਕਰਕੇ ਇਹ ਕੌਣ ਹੈ ਇਹ ਅੱਛਾ ਛਿਬੀਆਂ ਲੈਂਦੀਆਂ ਨੇ ਛਿਬੀਆਂ ਦੇਵੀਆਂ ਅਸੀਂ ਬੜੇ ਪਹੁੰਚੇ ਬਾਬੇ ਆ ਸਾਡਾ ਪੁੱਛਣਾ ਵੱਡੇ ਵੱਡੇ ਸਿੰਗਰਾਂ ਕੋ ਪੁੱਛੋ ਦਿੱਤੂ ਲੂਣੇ ਵਾਲਾ ਸਾਡੇ ਕੋ ਆਉਂਦਾ ਸੀ ਹਾਂ ਅੱਲਾ ਦਿੱਤਾ ਲੂਨੇ ਵਾਲਾ ਪੂਰਾ ਨਾਂ ਲੈ ਦਿੱਤੂ ਲੂਨੇ ਵਾਲਾ ਸ਼ਕਲ ਵੇਖੀ ਆਪਦੀ ਉਹ ਸਾਡੇ ਮਰੀਦ ਨੇ ਅਸੀਂ ਵੀ ਅਦਬ ਨੇ ਨਾਂ ਲੈਣੇ ਅੱਗੋ ਦੀ ਪੂਰੀ ਔਲਾਦ ਵੀ ਸਾਡੇ ਕੋਲ ਟੁਰੀ ਜਾਂਦੀ ਨਦੀਮ ਬਾਸ ਨੂੰ ਇਹਨੂੰ ਪਤਾ ਵੀ ਨਾ ਉਸੇ ਇਹਦਾ ਇਹਦਾ ਕਦੇ ਨਹੀਂ ਨਦੀਮ ਬਾਸ ਬਤੌਰ ਐਕਟਰ ਵੀ ਨਾ ਇਹਦਾ ਪਤਾ ਹੋਵੇ ਬਾਬਾ ਤਾਂ ਬੜੀ ਦੂਰ ਦੀ ਗੱਲ ਬਤੌਰ ਐਕਟਰ ਵੀ ਨਹੀਂ ਬਾਬਾ ਜੀ ਹੁਣ ਠੀਕ ਰਹੇ ਵੇ ਬੜੇ ਬੜੇ ਸਿੰਗਰ ਸਾਡੇ ਕੋਲ ਆਉਂਦੇ ਰਹੇ ਨੇ ਸ਼ੇਰ ਮੀਆਂ ਦਾਦ ਆਹਾ ਅੱਜ ਤੱਕ ਨਹੀਂ ਆਇਆ ਸਾਡੇ ਕੋਲ ਕਿਉਂਕਿ ਉਹ ਕੁਆਲ ਹੈ ਉਹਦਾ ਆਪਣਾ ਹੀ ਕੰਮ ਬੜਾ ਅੱਛਾ ਸਾਨੂੰ ਸੋਲੋ ਸਿੰਗਰ ਆਉਂਦੇ ਨੇ ਦੁਆ ਕਰਾਉਣ ਜ਼ਹੂਰ ਭਾਈ ਯਾਦ ਹੈ ਤੁਹਾਨੂੰ ਜਦੋਂ ਮੈਂ ਤੁਹਾਨੂੰ ਕਿਹਾ ਸੀ ਜਾ ਤੇਰੀ ਖੈਰ ਹੋਵੇ ਤੁਸੀਂ 100 ਰੁਪਇਆ ਵੀ ਦਿੱਤਾ ਸੀ ਆਪਣੇ ਇਮਾਨ ਨਾਲ ਦੱਸੋ ਕਦੀ ਮੱਥੇ ਲੱਗੇ ਪਏ ਮੈਨੂੰ ਆਖੇ ਖੈਰ ਹੋਵੇ ਤੇ ਮੈਨੂੰ ਪੁੱਛੇ ਵੀ ਕਹੀ ਨਹੀਂ ਭਾਈ ਉਹ ਮੈਂ ਸਾਈਂ ਜ਼ਹੂਰ ਦਵਾਰੀ ਕਿਹਾ ਸੀ ਖਾਨ ਸਾਹਿਬ ਤੁਸੀਂ ਜਿਹੜੇ ਵੇਲੇ ਸਿੰਗਿੰਗ ਸਟਾਰਟ ਕੀਤੀ ਹੈ ਤੇ ਤਾਕੂ ਕੁਝ ਲੋਕ ਐਸੇ ਵੀ ਮਿਲੇ ਉਸਨ ਜਿਹੜੇ ਸਾਡੀ ਜਿਹੜੀ ਉਹ ਕਹਿੰਦੇ ਜੰਗਾ ਖਿਚੇ ਨੇ ਇਹੋ ਜਿਹੇ ਲੋਕ ਹੀ ਤੁਹਾਡੀ ਜ਼ਿੰਦਗੀ 'ਚ ਨੇ
زندگی سے بڑے بڑے رنگ ہے ہر طرح دے لوگ آن ساڈیاں آپ لتاں کھچن والے بہت ہے صرف لتاں کھچن والے نان بلکہ تیر وگاواں نال کچھ کلیجے چ لگے کچھ دل چ لگے کچھ اکھاں چ لگے کچھ کناں چ لگے یعنی کو نہ جا چھڈی نہیں ایتھے آ کے میرے رب نے رنگ وکھا دتا ہے تسا تیر مارو میں اپنے بندے نوں تلا جا واہ 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 ماشاءاللہ ایویں ہی آئی تیر شیر ہیٹھا ہی رہ گئے ویویں ہوندا تے سائیں ول جرے ویلے تساں فیم وچ آئے وے جرے دھونا پاٹڑی کرن ولا انہاں لوکاں دے رویے کیویں ہن تہاڈے نال میں انہاں نوں اج وی دعا دینا اور کچھ شرمندہ ہوندن تے کچھ ہندن معاف کر دے ہائے کوئی ایسا واقعہ ظہور صاحب شیئر کرنا چاہو گے ساڈے نال جیڑا بغیر نام لے کوئی ایسا کہ ساڈے سنن والے ویکھن والے جڑے نے انہاں نوں نصیحت ہووے کہ ایک اٹ دا جواب ضروری نہیں ہمیشہ پتھر نال ہی دیویندا معاملہ اللہ تے ٹور دیویندا اللہ تے چھڈ دیویندا او پھر خود کردا یعنی اے مشکل گلاں ملدیاں کہ کوئی پتھر مارے تے انہوں کو پھول سٹی ہائے ہر بندے دے وس دا روگ نہیں جی جی بالکل بالکل اور اج ہی میں انہاں نوں دلوں دعا دینا واہ بلکہ سچے مالک دے اگے عاجزی کرنا مالکا انہوں نے کوئی دکھ تکلیف نہیں یہ ضرور بہت اچھی گل بہت ایک سٹیپ اگے نے میں تو ایک سٹیپ پیچھے ہاں میں انہاں لئی ہدایت منگنا یا اللہ انہاں نوں ہدایت دے لیکن یہ تو انہاں لئی اور بڑا کچھ منگدے نے دیکھو جی اصل بات یہ ہے کہ جدو بندہ کسی نال کوئی زیادتی کرتا وہ تو شیطان حائل ہوتا ہے اور تو جی اگلے چی آ جائے دوواں فرق کیڑا رہ گیا اے دسنا چاہیدا کہ میں رحمان والا میں دوسری پارٹی دا واہ 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 کیا کہنے بھائی کو سناؤ سانو تاجیاں دا سناؤ یا کوئی اپنا سناؤ ہاں جی کوئی اپنا عطا کرو نا جی سانو تسی ہور کسے دے سنگت ہائے تسی ہور کسے دے سنگتی ہائے او تسی ہور کنہ دا پیار ہے اسا کملے جہی مخلوق خدا دے تسی لوگ تجربے کار ہے سجڑا دے روپ چ بے رحم سیاد ہے بے رحم سیاد ہے ودے کر دے ہو شکار ہے او در اصل یاسین دے لند رکھ گے او تسی ٹپنا چاہ دے پار ہے ٹانگے دیاں اک دیاں نے ڈھولا مار کے مڑ پوچھنا ہے سٹا کتھے کتھے لگیاں نی واہ واہ جی میں پیا مار کے مڑ پوچھنا 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 سٹا کتھے کتھے میں ہم بخت دشا ہم کمر نو کوئی نہ ہم خون بدل تیری سنگت دا صدقہ وہ رند دے دے کفل ایسا وقت بھی آیا ہے گزاریا ہے ਛਾਲਾ ਸਿਰ ਵਨੀ ਉਰ ਬਦ ਮੈਨੂੰ ਮੁਨ ਕਰ ਛਦੀ ਵਾਹ ਛਾਲਾ ਸਿਰ ਵਨੀ ਉਰ ਬਦ ਮੈਨੂੰ ਮੁਨ ਕਰ ਛਦੀ ਉਹ ਬੰਦੇ ਬੰਦੇ ਤੂੰ ਸ਼ਰਮ ਦਿਵਾਏ ਹਏ ਜੋ ਮਲਾਇਆ ਬਾਬ ਦੀ ਜੋ ਮੇਰਾ ਦਰਦ ਮਕਾਮ ਗਿਰਾ ਤੇਰੀ ਸੰਗਤ ਤੋਂ ਪਹਿਲੇ
لائف دا مزہ ہی ہو رہا ہے ہم وقت دا چھا اے تہاڈے استاد دا جی جی اچھا سائیں تساں کدی ایک کوشش کیتی کہ تساں کہیں کو روون نہ دیو مطلب ان دے اکھیاں چھنجو نہ دیو اوت بے وسی گل ہے لیکن تساں تے بہو روائے لو کہ باکا بار بار رونن جرے وطن تو باہرن بے وطنا تو ولوا دل بہو اداس ایتھوں ال وی رونن تے اوتھوں ال وی رونن یعنی کہ اس لے او تکلیف دے وچاں تے رب نو یاد کردے پئے ہن اے تھوڑی سعادت ہے مینوں ہاں ہاں او تکلیف ہے تے سر رب نو یاد کرنا اگے پیچھے کوئی نہیں کردے جسلے کوئی بنے اے میرے مالک کا کرم فرمائے اے میرے مالک کا رحم فرمائے اگے پیچھے کائی گل نہیں کیا کہ ہمیشہ بندے نو 24 گھنٹے رب دی بارگاہ وچ عاجز ہو کے رہنا چاہیے بے شک بھائی جی او سانو وطنا تے ولو حاضر دوست آئی انترے سنا دیو او تو تے گھرے بیٹھا تو دور ہے تو تے گھرے ہی ہے چنگیاں سنگتاں ہر نو نصیب ہوے آمین آمین جی چنگیاں سنگتاں قسمت بیلیاں تو بیلی نہ نکھڑے کیا کہنے بڑے لوگ وڈیاں گلاں بیلی دور ہو گیا ہے پریشان بیٹھا ہے اداس ودا کدی ایں جا رہا کدی ایں جا رہا ٹھڈے سا بھردا پیا کسے پوچھیا کیوں پریشان ہے سا کہ یار بیلی دور ہو گیا تو سدے دا ودا اچھا کہ کیویں سدے دا ودا اون واندا وطنا تے ولو دل بودا سے وطنا تے ولو دل بودا سے سانگیوں نہ ملوا دل بودا سے وطنا تے ولو دل بودا سے ਬਖਤਾਂ ਦੇ ਅੱਜ ਕੱਲ ਪੱਥੇ ਝੜਵੇ ਮਾਇਆ ਅਸਾਂ ਗਏ ਹੀ ਜਰ ਵਿੱਚ ਉਹ ਕਸੜਵੇ ਮਾਇਆ ਅਸਾਂ ਗਏ ਹੀ ਜਰ ਵਿੱਚ ਉਹ ਕਸੜਵੇ ਮਾਇਆ ਸੱਤ ਫਰ ਕੇ ਟੱਲੋ دل بودا سے ست پھر کے ٹلوا دل بودا سے سانگیوں نہ ملوا دل بودا سے رتنا تے ولوا دل بودا سے رتنا تے ولوا ਕਾਲਿਆ ਉਡਕਾਵ ਕਾਲਿਆ ਉਡਕਾਵ ਉਡਕਾਵ ਜੀਵੇ ਜਦ ਮਾਣੇ ਰੰਗ ਲੱਗਣ ਕਾਲਿਆ ਉਡਕਾਵ ਉਹ ਅੱਖੀ ਮੇਰੇ ਢੋਲੇ ਨੂੰ ਤੂੰ ਅਵਸੇ ਕੇ ਮੇਰਾ ਅੱਖੀ ਮੇਰੇ ਢੋਲੇ ਢੋਲੇ ਨੂੰ ਢੋਲੇ ਉਹ ਢੋਲੇ ਨੂੰ ਵਾਹ ਵਾਹ ਉਸੇ ਕੇ ਬਹੁ ਹੁਸਣ ਦਾ ਡੂੰਘੀ ਸ਼ਾਮ ਵੇਲੇ ਰੂ ਬਹੁ ਹੁਸਣ ਦਾ ਡੂੰਘੀ ਸ਼ਾਮ ਵੇਲੇ ਜਦਾਂ ਯਾਦ ਆਵੇ ਉਹ ਸੰਗਤਾਂ ਦੇ ਵੇਲੇ
ਜਦਾਂ ਯਾਦ ਆਵੇ ਉਹ ਸੰਗਤਾਂ ਦੇ ਮੇਲੇ ਚਿੱਠੀ ਸੁੱਖ ਦੀ ਗੱਲੋ ਆ ਦਿਲ ਬਹੁ ਉਦਾਸ ਚਿੱਠੀ ਸੁੱਖ ਦੀ ਗੱਲੋ ਆ ਦਿਲ ਬਹੁ ਉਦਾਸ ਸਾਂਗਿਓ ਨ ਮਲੋ ਆ ਦਿਲ ਬਹੁ ਉਦਾਸ ਦਿਲ ਬਹੁ ਉਦਾਸ ਤੁਹਾਨੂੰ ਦਿਲ ਦੇ ਦੁੱਖੜੇ ਮਹਿਕੇ ਨਸੀਂਦੇ ਤੁਹਾਨੂੰ ਦਿਲ ਦੇ ਦੁੱਖੜੇ ਮਹਿਕੇ ਨਸੀਂਦੇ ਸੱਜਣਾ ਤੂੰ ਫੁੱਟ ਕੇ ਉਹ ਔਖੇ ਡੰਗ ਧਿਕੇਂਦੇ ਸੱਜਣਾ ਤੂੰ ਫੁੱਟ ਕੇ ਉਹ ਔਖੇ ਡੰਗ ਧਿਕੇਂਦੇ ਸਾਡੇ ਨਾਲ ਰਲੋ ਆ ਦਿਲ ਬਹੁ ਉਦਾਸ ਸਾਡੇ ਨਾਲ ਰਲੋ ਆ ਦਿਲ ਬਹੁ ਉਦਾਸ ਸਾਂਗਿਓ ਨ ਮਲੋ ਆ ਦਿਲ ਬਹੁ ਉਦਾਸ ਤੁਸਾਂ ਉੱਥੇ ਰੋਵੋ ਮੈਂ ਜਿੱਥੇ ਰੋਵਾਂ ਤੁਸਾਂ ਉੱਥੇ ਰੋਵੋ ਮੈਂ ਜਿੱਥੇ ਰੋਵਾਂ ਸੁਬਹ ਸ਼ਾਮ ਗੋਹਰ ਵੇਰਾ ਨਾਲ ਖਲੋ ਵਾਹ 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 ਸੁਬਹ ਸ਼ਾਮ ਗੋਹਰ ਵੇਰਾ ਨਾਲ ਖਲੋ ਅੱਖੀਆਂ ਨੂੰ ਠੱਲੋ ਆ ਦਿਲ ਬਹੁ ਉਦਾਸ ਅੱਖੀਆਂ ਨੂੰ ਠੱਲੋ ਆ ਦਿਲ ਬਹੁ ਉਦਾਸ ਸਾਂਗਿਓ ਨ ਮਲੋ ਆ ਦਿਲ ਬਹੁ ਉਦਾਸ ¡Bravo! 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 ¡Bravo!